ਰਾਤ ਅੱਛਾ ਚੌਂਕੀ ਚੌਂਕੀ ਭਰਾਉਂਦੇ ਹੈ ਵੇਚਣ ਵੂਚਣ ਤਾਂ ਨਹੀਂ ਆਉਂਦੇ ਕੀ ਵੇਚ ਵੂਚ ਵੀ ਲੈਣੇ ਵੇਚ ਵੀ ਦੇਵਾਂਗੇ ਜੇ ਵੀ ਜੇ ਕੋਈ ਲੈਣੀ ਹੋਈ ਲੈ ਵੀ ਲਵਾਂਗੇ ਕੀ ਰੇਟ ਚੱਲਦਾ ਭੇਡ ਦਾ ਭੇਡ ਦਾ ਚੱਲਦਾ ਜੀ 15-16 ਹਜ਼ਾਰ ਅੱਛਾ ਵਧੀਆ ਭੇਡ ਹੈ ਦੋ ਬੱਚਿਆਂ ਵਾਲੀ ਦਿਖਾਏ ਆ ਕੋਈ ਭੇਡ ਤੇਰੀ ਵਧੀਆ ਦੇਖ ਲਓ ਬਾਈ ਭੇਡਾਂ ਲੈ ਕੇ ਪਹੁੰਚਿਆ ਬਾਈ ਆਹ ਦੇਖੋ ਅਤੇ ਬਾਈ ਇਹਦੀ ਪਛਾਣ ਵੀ ਦੱਸੀ ਵੀ ਕੀ ਪਛਾਣ ਹੁੰਦੀ ਹੈ ਕਾਜਲੀ ਭੇਡ ਦੀ ਹੈ ਬਾਈ ਬਾਈ ਜੀ ਪਛਾਣ ਦੇਖ ਰਿਹਾ ਹੈ ਅੱਛਾ ਕਾਲੀ ਹੂ ਜਮਾਂ ਗਾਡੀਆਂ ਨੇ ਦੇਖ ਠੀਕ ਹੈ ਦੋ ਪੁਰਾਣੀ ਨਸਲ ਲੈਣਾ ਕਾਜਲੀ ਦੋ ਦੋ ਕਿੰਨੇ ਵੱਧ ਤੋਂ ਵੱਧ ਕਿੰਨੇ ਲੇਲੇ ਦੇ ਆਉਂਦੀ ਹੈ ਕਾਜਲੀ ਭੇੜਾ ਚਾਰ ਤੱਕ ਹੈ ਬੱਕਰੀ ਵਾਲੀ ਕੰਮ ਹੈ ਇਹ ਨਵੀਂ ਛੱਤਰੀ ਹੈ ਖੀਰੀ ਹੈ ਕਿ ਦੋ ਦੰਦਾ ਦੋ ਤਿੰਨ ਵੀ ਕ੍ਰੋਸ ਕਰਦਾ ਦੋ ਤਿੰਨ ਮੀਡੇ 50-60 ਭੇਡਾਂ ਬਹੁਤ ਨੇ ਹਨਾ ਕਈ ਵਾਰੀ ਕੋਈ ਵੀ ਹੋ ਜਾਂਦੀ ਫਿਰ ਮੀਡਾ ਤੁਰਤ ਤੇ ਲੈਣਾ ਔਖਾ ਹੋ ਜਾਂਦਾ ਹਾਂ ਬਾਕੀ ਆਪਦੀ ਨਾਲ ਰੱਖਦੇ ਹਾਂ ਬਾਹਰੋਂ ਨਹੀਂ ਦੇਣ ਪੂਰੀ ਤਰੀਕੇ ਬਾਹਰੋਂ ਵੀ ਪਾ ਲੈਂਦੇ ਹਾਂ ਅੱਛਾ ਠੀਕ ਹੈ ਅਗਲੇ ਨੂੰ ਦੇ ਦਿੰਦੇ ਹਾਂ ਆਪਾਂ ਅਗਲੇ ਤੋਂ ਲੈ ਲੈਂਦੇ ਹਾਂ ਠੀਕ ਹੈ ਹੋਰ ਭੇਡਾਂ ਕੰਮ ਵਧੀਆ ਹੈ ਬਾਈ ਵਧੀਆ ਜੀ ਸਾਡਾ ਕੰਮ ਬਾਹਰ ਚੜਾਈ ਤੇ ਰੱਖੀ ਹੋਈ ਹਨ ਚੜਾਈ ਤੇ ਘਰੇ ਵੀ ਪਾਉਣਾ ਨੀਗਾ ਅੱਛਾ ਘਰੇ ਸ਼ਾਲ ਚ ਨੀਰਾ ਨੂਰਾ ਪਾ ਦਿੰਦੇ ਹੋ ਠੀਕ ਹੈ ਤੇ ਬਾਈ ਭੇਡਾਂ ਦੇਖ ਲਓ ਬਾਈ ਇੱਕ ਮੂੰਹ ਦੀਆਂ ਨੇ ਹਨਾ ਸਾਰੀਆਂ ਭੇਡਾਂ ਇਹਨਾਂ ਨੂੰ ਇੱਕ ਮੂੰਹ ਦੀਆਂ ਕਹਿੰਦੇ ਨੇ ਹਾਂ ਇਹ ਆ ਮੀਡਾ ਦਿਖਾ ਦਰਾ ਸਿੰਗਾ ਵਾਲਾ ਮੀਡਾ ਦੇਖੋ ਬਾਈ ਮੀਡਾ ਬਹੁਤ ਡਬਲ ਆ ਬਾਈ ਕੋਲ ਇਹ ਛਾਇਆ ਪਿਆ ਬਾਈ ਭੇਡਾਂ ਲੈ ਕੇ ਪਹੁੰਚੇ ਕਾਲੇ ਕਿਤੇ ਮੇਲੇ ਤੇ ਦੇਖੋ ਬਾਈ ਮੀਡੇ ਦੇ ਸਿੰਗ ਦੁੰਬਿਆਂ ਵਾਲੇ ਨੇ ਨਾ ਜਿਹੜੇ ਉੱਧਰ ਹੁੰਦੇ ਨੇ ਜੰਮੂ ਕਸ਼ਮੀਰ ਕਨੀ ਉਹ ਵੀ ਦਿਖਾ ਦਾਂਗੇ ਵੀਰੇ ਜਮਨਾਪੁਰੀ ਵੀ ਹੈਗਾ ਅੱਛਾ ਇਹ ਪਿਓਰ ਕਾਜਲਾ ਹੈ ਦੇਖੋ ਬਾਈ ਅੱਖ ਖੱਟੀ ਆ ਜੀ ਤੇ ਸਿੰਗ ਸੁੰਗਾ ਮੱਥਾ ਚੌੜਾ ਨਕੌੜਾ ਕੁੰਡਾ ਹੋਰ ਬਾਈ ਕੀ ਹਾਲ ਚਾਲ ਹੈ ਦੇਖੋ ਕਾਜਲਾ ਮੀਡਾ ਹੈ ਨਾ ਇਹ ਕਿੰਨੇ ਦੰਦ ਹੋ ਗਿਆ ਬਾਈ ਇਹ ਬਾਈ ਹੋ ਗਿਆ ਚਾਰ ਦੰਦ ਚਾਰ ਦੰਦ ਕਿੰਨੇ ਸਾਲ ਦਾ ਹੋ ਗਿਆ ਹੋਊਗਾ 2 ਸਾਲ ਦਾ ਹੋ ਗਿਆ ਹੋਣਾ 2 ਸਾਲ ਤੋਂ ਉੱਤੇ ਹੋ ਗਿਆ ਤੀਜੇ ਚ ਲੱਗ ਗਿਆ ਅੱਛਾ ਤੀਜੇ ਚ ਲੱਗ ਗਿਆ ਚਾਰ ਦੰਦ ਲੈ ਕਰਾ ਲਾ ਬਾਈ ਤੇ ਕੋਈ ਨਵਾਂ ਹੀ ਹੈ ਹਣਾ ਹੁਣ ਤਾਂ ਇਹ ਆ ਜਾ ਓਪਾ ਲੈ ਬਾਈ ਦੇਖੋ ਬਾਈ ਕੁੜਤਾ ਪਜਾਮਾ ਮੁੰਡੇ ਦਾ ਊੜਾ ਆੜਾ ਛਪਾਈ ਫਿਰਦਾ ਕੁੜਤਾ ਚਾਦਰਾ ਆਏ ਹਾਏ ਲੈ ਫਿਰ ਖੜ ਮੀਡੇ ਲਵੇ ਤੇਰੀ ਵੀਡੀਓ ਬਣਾਈਏ ਦੇਖੋ ਕਿਹੜਾ ਪਿੰਡ ਆ ਬਾਈ ਤੇਰਾ ਫੋਟੋ ਕਰਾਉਣੀ ਆ ਮੀਡੇ ਨਾਲ ਸਿੰਘ ਸੰਗ ਚੰਗੇ ਨੇ ਮੀਡੇ ਦੇ ਠੀਕ ਆ ਬਾਈ ਤੇ ਭੇਡਾਂ ਦੇਖ ਲੋ ਬਾਈ ਦਿਖਾ ਚਾਰ ਮੀਲ ਕਿਹੜੀ ਆਹਾ ਉਰਲੀ ਯਾਰ ਉਹ ਵੱਡੀ ਭੇਡ ਵੱਡੇ ਪੁੜਿਆਂ ਵਾਲੀ ਦੇਖੋ ਬਾਈ ਪੁੜਾ ਬੜਾ ਬਹੁਤ ਚੌੜਾ ਭੇਡ ਦਾ ਹਨਾ ਦੇਖੋ ਪਿੱਠ ਪੁੱਠ ਚੌੜੀ ਆ ਮਗਰੋਂ ਚੌੜੀ ਆ ਭੇਡ ਤੇ ਲੰਬੇਟ ਬਹੁਤ ਆ ਨਾ ਭੇਡ ਦੀ ਅੱਛਾ ਚਾਰ ਬੱਚੇ ਦਿੱਤੇ ਨੇ ਇਹਨੂੰ ਠੀਕ ਹੈ ਲੰਬਾ ਪੂੰਜੜ ਆ ਨਾ ਠੀਕ ਹੈ ਅਸਲੀ ਪਿਓਰ ਕਜਲੀਆਂ ਭੇਡਾਂ ਨੇ ਜੀ ਦੇਖ ਲਓ ਆਉਣ ਵਾਲਾ ਟਾਈਮ ਹੁਣ ਭੇਡਾਂ ਦਾ ਹੈ ਬੱਕਰੀਆਂ ਦਾ ਚੱਲੇ ਰਿਹਾ ਹੁਣ ਆਉਣ ਵਾਲਾ ਟਾਈਮ ਭੇਡਾਂ ਦਾ ਹਨਾ ਦੇਖੋ ਬਾਈ ਅੱਛਾ ਨੰਬਰ ਨੰਬਰ ਹੈਗਾ ਤੁਹਾਡਾ ਬੋਲ ਦੋ ਹਜੇ ਤਾਂ ਨੰਬਰ ਬੋਲੋ 97983916 ਇੱਕ ਵਾਰ ਹੋਰ ਬੋਲ ਦੇ 97983916 ਠੀਕ ਹੈ
ਤੇ ਬਾਈ ਆਏ ਸੂਏ ਕਿੰਨੀਆਂ ਕਿ ਛੱਤਰੀਆਂ ਰੱਖਦੇ ਹੋ ਛੋਟੀਆਂ? ਰੱਖ ਲੈਂਦੇ ਜੀ 15-16 ਦਾ। ਅੱਛਾ ਵੀ ਬੱਚੋ ਵੱਡੀਆਂ ਭੇਡਾਂ ਭੂਡਾ ਕੱਢ ਰਹੇ ਹੋ? ਢੇਰੀ ਚ ਰੱਖ ਰਿਹਾ 15-16 ਦਾ ਜੀ। ਅੱਛਾ ਇੱਕ ਝੋਲੀ ਚ ਆਪਣੇ ਲਵੇ 2-3 ਢੇਰੀ ਵੀ ਸਾਲ ਚ ਜਾਂ ਡੇਢ ਸਾਲ ਚ ਕਿੰਨੇ ਵਾਰ ਸੂ ਪਾਉਂਦੀਆਂ ਨੇ? ਦੋ ਵਾਰ ਵੀ ਸੂ ਦਿੰਦੇ ਨੇ ਡੇਢ ਸਾਲ ਚ, ਹਨਾ? ਮਤਲਬ ਇਹ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਹੀ ਲੱਗ ਜਾਂਦੀ ਹੈ। ਸਾਲ ਚ ਦੋ ਵਾਰੀ ਲਾ ਲਾ ਵੀ ਬਸ ਦੁੱਧਕ ਸਾਲ ਚ। ਅੱਛਾ ਅੱਛਾ ਤੇ ਜਿਹੜੀ ਛੱਤਰੀ ਹੁੰਦੀ ਹੈ ਫਿਰ ਉਹਨੂੰ ਕਿੰਨੇ ਤੇ ਕ੍ਰੋਸ ਕਰਾਉਣੇ ਹੋ, ਕਿੰਨੇ ਸਾਲ ਦੀ ਹੋਊਗੀ? ਸਾਲ ਦੀ ਤਾਂ ਹੋਣੀ ਚਾਹੀਦੀ ਹੈ। ਅੱਛਾ ਸਾਲ ਦੀ ਵੀ ਵਧੀਆ ਕੱਦ ਕਾਟ ਕਰ ਜਾਂਦੀ ਹੈ। ਕਾਟ ਵਧੀਆ ਕਰ ਜਾਂਦੀ ਹੈ ਇਹ, ਹੁਣ ਅਸੀਂ ਕਾਟ ਕਰਿਆ ਹੋਇਆ ਇਹਨਾਂ ਦੇ ਸਾਲ ਤੇ। ਹਾਂ ਕੱਦ ਬਹੁਤ ਨੇ ਭੇਡਾਂ ਦੇ ਤੇ ਮੰਡੇਰਾ ਪਿੰਡ ਹੈ ਨਾ ਬਾਈ ਦਾ। ਠੀਕ ਆ ਬਾਈ, ਤੇ ਲੇਲੇ ਲੂਲੇ ਲੈਣੇ ਹੋਣ ਤਾਂ ਸੰਪਰਕ ਕਰ ਲਿਆ ਕਰੋ ਬਾਈ ਦਾ, ਨੰਬਰ ਤੁਹਾਨੂੰ ਆ ਗਿਆ। ਧੰਨਵਾਦ ਬਾਈ, ਬਹੁਤ ਬਹੁਤ।